ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨੂ ਸ਼ਰਮਾ ਕਾਂਗਰਸ ਪਾਰਟੀ ਦਾ ਸਿਪਾਹੀ ਹਲਕਾ ਸਮਾਣੇ ਤੋਂ ਅੱਜ ਮੈਂ ਇਹ ਦੱਸਣ ਵਾਸਤੇ ਲਾਈਵ ਹੋਇਆ ਕਿ ਸਾਡੇ ਸਮਾਣੇ ਦੇ ਵਿੱਚ ਕਾਂਗਰਸ ਪਾਰਟੀ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਕਾਫੀ ਸਮੇਂ ਤੋਂ ਸਹੀ ਨਹੀਂ ਚੱਲ ਰਹੀ ਉਦੇ ਵਿੱਚ ਕਾਰਨ ਨੇ ਸਾਨੂੰ ਇੰਜ ਲੱਗਦਾ ਕਿ ਨਗਰ ਕੌਂਸਲ ਹੀ ਬਲੋਕ ਕਾਂਗਰਸ ਹੈ ਬਲੋਕ ਕਾਂਗਰਸ ਹੀ ਨਗਰ ਕੌਂਸਲ ਹੈ ਕਿਉਂਕਿ ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਜਿਵੇਂ ਰਾਮਚੰਦਰ ਜੀ ਦਾ ਅਯੋਧਿਆ ਦੇ ਵਿੱਚ ਬਹੁਤ ਵੱਡਾ ਪ੍ਰੋਗਰਾਮ ਰੱਖਿਆ ਗਿਆ ਸੀ ਜਿਹਦੇ ਲਈ ਹਰ ਇੱਕ ਸ਼ਹਿਰ ਦੇ ਵਿੱਚ ਰਾਥ ਯਾਤਰਾ ਤਵਾਜੀ ਯਾਤਰਾ ਕੱਢੀ ਜਾ ਰਹੀ ਸੀ ਤਾਂ ਸਾਡੇ ਸਮਾਣੇ ਵੀ ਗੱਡੀ ਗਈ ਸਾਡੇ ਸਮਾਣੇ ਵਿੱਚ ਯਾਤਰਾ ਕੱਢੀ ਗਈ ਜਿਹੜੇ ਉੱਥੇ ਖੜੇ ਸੀਗੇ ਯਾਤਰਾ ਸਵਾਗਤ ਕਰਨ ਲਈ ਕਾਂਗਰਸੀ ਖੜੇ ਸੀਗੇ ਇੱਕ ਦੋ ਨੂੰ ਛੱਡ ਕੇ ਮੇਰੇ ਵਰਗਿਆਂ ਨੂੰ ਸਾਰੇ ਹੀ ਐਮਸੀ ਸੀਗੇ ਉਹ ਉਹਨਾਂ ਦੀ ਵੀ ਗਿਣਤੀ 5 ਤੋਂ 6 ਤੋਂ ਇਲਾਵਾ ਨਹੀਂ ਸੀ ਬਹੁਤ ਵਾਰੀ ਸਾਡੇ ਪਹਿਲਾਂ ਐਮਸੀ ਚਲੇ ਗਏ ਬਹੁਤ ਐਮਸੀ ਸਾਡੇ ਪਹਿਲਾਂ ਚਲੇ ਗਏ ਏਸੀ ਗੱਲ ਕਰਕੇ ਤੇ ਹੁਣ ਅੱਗੋਂ ਵੀ ਸ਼ੰਕਰ ਜਿੰਦਲ ਜੀ ਹੁਣ ਗਏ ਆ ਸਾਡੇ ਧਾਰੀ ਪਾਰਟੀ ਛੱਡ ਕੇ ਗਏ ਨੇ ਉਹ ਕਿਤੇ ਨਾ ਕਿਤੇ ਕੋਆਰਡੀਨੇਸ਼ਨ ਦੀ ਕਮੀ ਹੈ ਕੋਆਰਡੀਨੇਟਰ ਨਹੀਂ ਕਰਦੇ ਹੈਗੇ ਇੱਕ ਦੂਜੇ ਨੂੰ ਲੇਕਿਨ ਜਦੋਂ ਤੱਕ ਕੋਈ ਘਰੇ ਬੈਠਾ ਉਦੋਂ ਤਾਂ ਉਹਨੂੰ ਕੋਈ ਪੁੱਛਦਾ ਨਹੀਂ ਲੇਕਿਨ ਜਦੋਂ ਕੋਈ ਇਧਰ ਮਾੜੀ ਮੋਟੀ ਹਲੇਜੁਲ ਕਰਦਾ ਉਸ ਤੋਂ ਬਾਅਦ ਉਹਨੂੰ ਕਹਿ ਦਿੰਦੇ ਹੈ ਕਿ ਵੀ ਚਲੋ ਹੁਣ ਨਹੀਂ ਤੁਹਾਨੂੰ ਜਾਣਾ ਨਹੀਂ ਚਾਹੀਦਾ ਪਾਰਟੀ ਛੱਡ ਕੇ ਉਹਨੂੰ ਕੈਚ ਕਰਨ ਦੀ ਕੋਸ਼ਿਸ਼ ਕਰਦੇ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਸਮਾਣੇ ਕਾਂਗਰਸ ਦੇ ਹਾਲਾਤ ਸੁਧਰਣਗੇ ਕਿਉਂਕਿ ਰਜਿੰਦਰ ਸਿੰਘ ਜੀ ਨੂੰ ਜਿਹੜੇ ਸਾਡੇ ਹਲਕਾ ਚਾਰਜ ਦੇ ਸ੍ਰੀ ਲਾਲ ਸਿੰਘ ਜੀ ਦੇ ਸੁਪੁੱਤਰ ਨੇ ਉਹਨਾਂ ਨੂੰ ਬੜੀ ਬਾਰੀ ਵਰਕਰਾਂ ਨੇ ਬੜੀ ਬਾਰੀ ਐਮਸੀਆਂ ਨੇ ਬੜੀ ਬਾਰੀ ਉਹਦੇਦਾਰਾਂ ਨੇ ਕੰਪਲੀਟ ਕੀਤੀ ਹੈ ਵੀ ਐਦਾਂ ਨਹੀਂ ਹੋਣਾ ਚਾਹੀਦਾ ਸਿਰਫ ਇੱਕ ਬੰਦੇ ਕਰਕੇ ਸਮਾਣੇ ਠੀਕ ਹੈ ਜੀ ਸਿਰਫ ਉਹਦੀ ਚੋਦਰ ਕਰਕੇ ਇਹ ਸਮਾਣੇ ਐਦਾਂ ਕੁਝ ਹੋ ਰਿਹਾ ਜਿੰਨੂੰ ਮਰਜ਼ੀ ਇਗਨੋਰ ਕਰਨ ਜਿੰਨੂੰ ਮਰਜ਼ੀ ਇਗਨੋਰ ਨਾ ਕਰਨ ਇਹਨਾਂ ਦੀ ਮਰਜ਼ੀ ਹੈ ਜਿੰਨੂੰ ਮਰਜ਼ੀ ਇਹ ਪ੍ਰੋਗਰਾਮ ਤੇ ਬੁਲਾਉਣ ਜਿੰਨੂੰ ਮਰਜ਼ੀ ਨਾ ਪ੍ਰੋਗਰਾਮ ਤੇ ਬੁਲਾਉਣ ਜਿੱਥੇ ਤਾਂ ਲੀਡਰਾਂ ਦੇ ਨਾਲ ਗੈੱਟ ਟੂਗੇਦਰ ਕਰਨਾ ਹੁੰਦਾ ਜਿਵੇਂ ਹੁਣ ਪਟਿਆਲੇ ਮੀਟਿੰਗ ਸੀ ਅੱਜ ਦੀ ਡੇਟ ਦੇ ਵਿੱਚ ਪਟਿਆਲੇ ਮੀਟਿੰਗ ਸੀ ਜਿੱਥੇ ਵੱਡੇ ਵੱਡੇ ਲੀਡਰ ਸਾਡੇ ਪਹੁੰਚੇ ਹੋਏ ਸੀਗੇ ਉੱਥੇ ਪਿੱਛੇ ਬੋਰਡ ਲੱਗਿਆ ਹੋਇਆ ਸੀ ਖੁੱਲੀ ਚਰਚਾ 2024 ਮਿਸ਼ਨ 2024 ਦੇ ਸੰਬੰਧ ਦੇ ਵਿੱਚ ਖੁੱਲੀ ਚਰਚਾ ਉਹ ਖੁੱਲੀ ਚਰਚਾ ਕਿਹਨਾਂ ਨਾਲ ਕਰਨੀ ਹੈ ਸਮਾਣੇ ਦੇ ਵਰਕਰਾਂ ਨਾਲ ਨਹੀਂ ਕਰਨੀ ਹੈਗੀ ਸਮਾਣੇ ਹਲਕੇ ਦੇ ਦੋ ਬਲਾਗ ਨੇ ਤਿੰਨ ਪ੍ਰਧਾਨ ਨੇ ਇੱਕ ਸਮਾਣੇ ਦਾ ਪ੍ਰਧਾਨ ਹੈ ਉਹ ਹੁਣ ਜਿੰਨੇ ਵੀ ਦੋ ਦੋਨੋਂ ਤਿੰਨੋਂ ਪ੍ਰਧਾਨ ਨੇ ਉਹਨਾਂ ਨੇ ਸਮਾਣੇ ਸ਼ਹਿਰ ਦੇ ਵਰਕਰਾਂ ਨੂੰ ਮੈਸੇਜ ਨਹੀਂ ਲਾਇਆ ਇਵਨ ਕੀ ਫੋਨ ਨਹੀਂ ਜੀ ਕਰਨਾ ਤਾਂ ਇੱਕ ਇਹ ਕਰਦੇ ਹੁੰਦੇ ਆ ਵੀ ਜਿੱਥੇ ਇਹਨਾਂ ਨੂੰ ਹੁੰਦਾ ਵੀ ਜੇ ਕੋਈ ਆ ਗਿਆ ਤਾਂ ਠੀਕ ਹੈ ਨਹੀਂ ਨਾ ਸੀ ਅਸੀਂ 5 7 10 ਜਣੇ ਪਹੁੰਚ ਜਾਾਂਗੇ ਉੱਥੇ ਸਿਰਫ ਇਹ ਆਪਣਾ ਮੈਸੇਜ ਸੱਟ ਦਿੰਦੇ ਹੁੰਦੇ ਆ ਵਟਸਐਪ ਤੇ ਕਿਸੇ ਨੂੰ ਬੁਲਾਉਣ ਦੀ ਕੋਸ਼ਿਸ਼ ਨਹੀਂ ਕਰਦੇ ਵੀ ਬੁਲਾ ਲਈਏ ਵੀ ਨਾਲ ਲੈ ਆ ਜੀਏ ਉਹ ਯਾਰ ਸਾਨੂੰ ਨਾਲ-ਨਾਲ ਲੈ ਕੇ ਜਾਓ ਕੋਈ ਗੱਲ ਨਹੀਂ ਅਸੀਂ ਬੱਸ ਚੜ੍ਹ ਕੇ ਆ ਜਾਾਂਗੇ ਕਾਂਗਰਸ ਦਾ ਵਰਕਰ ਬੱਸ ਚੜ੍ਹ ਕੇ ਆ ਜੂ ਮੋਟਰਸਾਈਕਲ ਤੇ ਆ ਜੂ ਚਾਰ ਬੰਦੇ ਇਕੱਠੇ ਹੋਗੇ ਆਪਣੀ ਗੱਡੀ ਜਾਜਣਗੇ ਠੋਡੀ ਗੱਡੀ ਨਹੀਂ ਮੰਗਦੇ ਠੋਡੀਆਂ ਜਿਹੜੀਆਂ ਪੰਜਾਬ ਸਰਕਾਰ ਵਾਲੀਆਂ ਗੱਡੀਆਂ ਘੁੰਮਦੀਆਂ ਆ ਉਹਦੇ ਵਿੱਚ ਨਹੀਂ ਮੰਗਦੇ ਉਹ ਠੀਕ ਆ ਮੈਂ ਰਜਿੰਦਰ ਸਿੰਘ ਜੀ ਨੂੰ ਇਹ ਗੱਲ ਕਹਿਣੀ ਚਾਹੂੰਗਾ ਵੀ ਜੀ ਨਗਰ ਕੌਂਸਲ ਦੇ ਪ੍ਰਧਾਨ ਬਲਾ ਕਾਂਗਰਸ ਨੂੰ ਨਾ ਚਲਾਣ ਬਲਾ ਕਾਂਗਰਸ ਨੂੰ ਬਲਾ ਕਾਂਗਰਸ ਦਾ ਪ੍ਰਧਾਨ ਹੀ ਚਲਾਵੇ ਬਾਰ ਬਾਰ ਤੁਹਾਨੂੰ ਕਹਿੰਦੇ ਆ ਕਿਤੇ ਨਾ ਕਿਤੇ ਤਾਂ ਕੋਈ ਕਮੀ ਹੋਊਗੀ ਨਾ ਜੇ ਕੋਈ ਬੰਦਾ ਕਹਿ ਰਿਹਾ ਹੁਣ ਸਾਡੇ ਵਾਰਡ ਚ ਤੂੰ ਇਹ ਜਿਹੜੀ ਅੱਜ ਮੀਟਿੰਗ ਕੀਤੀ ਗਈ ਹੈ ਬੂਥ ਲੈਵਲ ਦੇ ਵਰਕਰਾਂ ਦੀ ਮੀਟਿੰਗ ਸੀਗੀ ਪਹਿਲਾਂ ਵੀ ਇਹਨਾਂ ਨੇ ਦੱਸਿਆ ਸੀ ਬੂਥ ਲੈਵਲ ਦੇ ਵਰਕਰਾਂ ਨਾਲ ਮੀਟਿੰਗ ਕਿ ਤਰ੍ਹਾਂ ਕਰੋ ਮੰਗਲਜੀ ਨੇ ਕੀਤੀ ਸੀ ਰਾਜਾ ਬੜਿੰਗ ਜੀ ਦੇ ਆਦੇਸ਼ ਸੀਗੇ ਜ਼ਿਲ੍ਹਾ ਪ੍ਰਧਾਨ ਦੇ ਆਦੇਸ਼ ਸੀਗੇ ਹੁਣ ਜ਼ਿਲ੍ਹਾ ਪ੍ਰਧਾਨ ਨੇ ਅੱਜ ਦੇਖਿਆ ਨਹੀਂ ਰਤਨਜੀ ਜਾਲਾ ਜੀ ਉਰੇ ਕੋਆਰਡੀਨੇਟਰ ਲਾਏ ਗਏ ਆ ਸਮਾਣੇ ਦੇ ਉਹਨਾਂ ਨੇ ਉੱਥੇ ਦੇਖਿਆ ਨਹੀਂ ਵੀ ਸਮਾਣੇ ਤੋਂ ਦਾ ਵਰਕਰ ਆਏ ਨਹੀਂ ਹੈਗੇ ਉਨੇਕਬਾ ਗਰੁੱਪ 'ਚ ਮੈਸੇਜ ਪਾਇਆ ਹੋਇਆ ਸੀਗਾ ਵੀ ਪਾਤਣਾ ਸ਼ਤਰਾਣੇ ਹਲਕੇ ਤੋਂ 20 ਬੱਸਾਂ ਲੈ ਕੇ ਪਹੁੰਚੇ ਹਲਕਾ ਇੰਚਾਰਜ ਸਾਡੇ ਜਿਹੜਾ ਮੈਨੂੰ ਲੱਗਦਾ 20 ਕਾਰਾਂ ਲੈ ਕੇ ਪਹੁੰਚੇ ਸਾਡੇ ਜਿਹੜਾ ਕੋਈ ਲੱਗਦਾ ਵੀ 20 ਬੰਦੇ ਨਹੀਂ ਗਏ ਹੁਣ ਜਿੱਥੇ ਹੁੰਦਾ ਜ्यादा ਸਾਡੇ ਐਮਸੀ ਹੁੰਦੇ ਆ ਐ ਨਹੀਂ ਕਹਿੰਦਾ ਵੀ ਐਮਸੀਆਂ ਨੂੰ ਨਾ ਬੁਲਾਓ ਐਮਸੀ ਵੀ ਆਉਣੇ ਚਾਹੀਦੇ ਕਿਉਂਕਿ ਬੂਥ ਦੇ ਇੰਚਾਰਜ ਹੀ ਉਹ ਹੁੰਦੇ ਆ ਉਹਨਾਂ ਨੇ ਅੱਗੇ ਬੂਥ ਦੇ ਬਹੁਤ ਲੈਵਲ ਦੇ ਵਰਕਰਾਂ ਨੂੰ ਪੁਆਇੰਟ ਕਰਨੇ ਹੁੰਦੇ ਆ ਬੁਲਾਉਣੇ ਹੁੰਦੇ ਆ ਕਰਨੇ ਹੁੰਦੇ ਆ ਲੇਕਿਨ ਬਹੁਤ ਟਾਈਮ ਤੋਂ ਇਹ ਵਰਕਰਾਂ ਦੇ ਨਾਲ ਵਿਤਕਰਾ ਹੋ ਰਿਹਾ ਜਿਹਦਾ ਨਤੀਜਾ ਕੀ ਹੁੰਦਾ ਕਦੇ ਸੰਦੀਪ ਲੂੰਬਾ ਚਲਾ ਗਿਆ ਕਦੇ ਸੁਖਵੀਰ ਲੋਹਰੀਆ ਚਲਾ ਗਿਆ ਜਿਹੜੇ ਸਾਡੇ ਐਮਸੀ ਰਹੇ ਆ ਜਿਨ੍ਹਾਂ ਦੀ ਮਿਸਿਸ ਵੀ ਐਮਸੀ ਰਹੇ ਆ ਮੰਨ ਲਓ ਐਦਾਂ ਦੇ ਸੰਜੀਤ ਮੰਤਰੀ ਚਲਾ ਗਿਆ ਜੀ ਰਾਜ ਸਦੇਵਾ ਚਲਾ ਗਿਆ ਜੀ ਕਾਰਨ ਕੀ ਆ ਉਹਨਾਂ ਦੇ ਜਾਣਦਾ ਐਸਾ ਕੀ ਕਰਤਾ ਐਸਾ ਕਾਂਗਰਸ ਪਾਰਟੀ ਨੂੰ ਕੀ ਮਾੜਾ ਕਰਤਾ ਵੀ ਉਹ ਬੰਦੇ ਚਲੇ ਗਏ ਹੁਣ ਇਹ ਸੋਚਣ ਵਾਲੀ ਗੱਲ ਆ ਹੁਣ ਇੱਕ ਤਾਜੀ ਘਟਨਾ ਹੋਈ ਹੈ ਕਿ ਸ਼ੰਕਰ ਜਿੰਦਰ ਜੀ ਪਾਰਟੀ ਛੱਡ ਕੇ ਚਲੇ ਗਏ ਕਿਉਂ ਚਲੇ ਗਏ ਉਹ ਕਾਰਨ ਇਹ ਹੈ ਕਿ ਜਦੋਂ ਵੀ ਵਰਕਰਾਂ ਨੂੰ ਬੁਲਾਇਆ ਜਾਂਦਾ ਹੈ ਵਰਕਰਾਂ ਨੂੰ ਨਹੀਂ ਬੁਲਾਇਆ ਜਾਂਦਾ ਹੈਗਾ ਕਿਸੇ ਵੀ ਪ੍ਰੋਗਰਾਮ ਚਾਹੇ ਐਮ ਐਲ ਏ ਰਜਿੰਦਰ ਸਿੰਘ ਕਿਸੇ ਭੋਗ ਤੇ ਆਉਣ ਕਿਸੇ ਫੰਕਸ਼ਨ ਤੇ ਆਉਣ ਕਿਸੇ ਚਾਹੇ ਉਹ ਕਮੇਟੀ ਦੀ ਮੀਟਿੰਗ ਹੋਵੇ ਕਾਂਗਰਸ ਪਾਰਟੀ ਦੀ ਮੀਟਿੰਗ ਹੋਵੇ ਉਹਦੇ ਵਿੱਚ ਵਰਕਰਾਂ ਨੂੰ ਨਹੀਂ ਬੁਲਾਇਆ ਜਾਂਦਾ ਉਹ ਕਹਿੰਦਾ ਬਸ ਆਪਾਂ 5-7 ਠੀਕ ਨੇ ਮੇਰੇ ਐਮਸੀ ਨੇ ਮੇਰੀ ਪ੍ਰਧਾਨਗੀ ਕਾਇਮ ਹੈ ਮੈਂ ਠੀਕ ਆ ਉਹ ਇਹ ਨਤੀਜਾ ਹੈ ਇਸ ਕਾਰਨ ਕਰਕੇ ਵਰਕਰ ਭੱਜ ਰਿਹਾ ਵਰਕਰ ਨਹੀਂ ਭੱਜਦਾ ਸੀ ਇੱਕ ਇਗਨੋਰ ਕਰਨ ਦੀ ਵੀ ਕੋਈ ਹੱਦ ਹੁੰਦੀ ਹੈ ਤੁਸੀਂ ਇਹ ਕਾਂਗਰਸ ਪਾਰਟੀ ਨਹੀਂ ਮਾੜੀ ਹੈਗੀ ਕਾਂਗਰਸ ਪਾਰਟੀ ਜਿੱਦਾ ਇਹ ਜਿਹੇ ਨਖਿੱਧ ਬੰਦੇ ਚੁਣ ਕੇ ਅੱਗੇ ਆ ਜਾਂਦੇ ਆ ਨਾ ਜਿਹੜੇ ਵਿਤਕਰਾ ਕਰਦੇ ਆ ਜਿਨ੍ਹਾਂ ਨੂੰ ਸਿਰਫ ਮੈਂ 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 ਹੀ ਦਿਖਦੀ ਹੈ ਉਹ ਮੈਂ ਹੀ ਕਲਯੁਗ ਦੇ ਵਿੱਚ ਖਤਮ ਹੋਣੀ ਹੈ ਤੁਹਾਨੂੰ ਇੱਕ ਗੱਲ ਧਾਰਮਿਕ ਤੌਰ ਤੇ ਦੱਸਦੇ ਆ ਸਭ ਤੋਂ ਪਹਿਲਾਂ ਸਤਜੁਗ ਦੇ ਵਿੱਚ ਸਭ ਤੋਂ ਵੱਡਾ ਰਾਖਸ਼ ਹੋਇਆ ਸੀ ਹਨੇਕਸ਼ਪ ਬਹੁਤ ਕਿੱਡਾ ਲੰਬਾ ਨਾਮ ਹੈ ਫਿਰ ਤ੍ਰੇਤਾ ਦੇ ਵਿੱਚ ਉਹਦਾ ਨਾਮ ਹੋਰ ਛੋਟਾ ਹੋ ਗਿਆ ਰਾਵਣ ਹੋ ਗਿਆ ਤਿੰਨ ਅੱਖਰਾਂ ਦਾ ਰਹਿ ਗਿਆ ਫਿਰ ਦੁਆਪਰ ਦੇ ਵਿੱਚ ਉਹਦਾ ਨਾਮ ਦੋ ਅੱਖਰਾਂ ਦਾ ਰਹਿ ਗਿਆ ਕੰਸ ਫਿਰ ਹੁਣ ਜਿਹੜਾ ਕਾਲੀ ਯੁਗ ਦੇ ਵਿੱਚ ਰਾਖਸ਼ ਹੈ ਨਾ ਉਹ ਮੈ ਹੈ ਮੈ ਨਾਮ ਦਾ ਰਾਖਸ਼ ਹੈ ਮੈ ਇਹ ਮੈ ਸਾਨੂੰ ਖਤਮ ਕਰਨੀ ਪਾਊਗੀ ਜੇ ਪਾਰਟੀ ਨੂੰ ਕਿਸੇ ਵੀ ਪਾਰਟੀ ਨੂੰ ਆਪਣੇ ਵਰਕਰ ਮਜ਼ਬੂਤ ਕਰਕੇ ਰੱਖਣੇ ਨਹੀਂ ਫਿਰ ਨਵਜੋਤ ਸਿੱਧੂ ਜੀ ਮੰਗੂ ਫਿਰ ਸਾਰੇ ਤੁਸੀਂ ਕਹੋਗੇ ਵੀ ਉਹ ਰਾਗ ਆਪਣਾ ਆਲਾਪ ਦੇ ਆ ਉਹ ਰਾਗ ਆਪਣਾ ਆਲਾਪ ਦੇ ਆ ਠੀਕ ਆ ਕੀ ਕਰੇ ਬੰਦਾ ਤੁਸੀਂ ਸੁਨੇਹਾ ਨਾ ਲਾਓ ਠੀਕ ਆ ਤੇ ਬੰਦਾ ਕਿਤੇ ਹੋਰ ਪਸੇ ਜਾਵੇ ਨਾ ਤੁਸੀਂ ਬੰਦਿਆਂ ਨੂੰ ਇਗਨੋਰ ਕਰੋ ਬੰਦਾ ਜਾਵੇ ਨਾ ਇਹ ਤੁਹਾਡੇ ਮੂੰਹ ਤੇ ਚਪੇੜ ਹੈ ਜਿਹੜੇ ਇਸ ਟਾਈਮ ਰਜਿਸਟਰਡ ਉਹਦੇਦਾਰ ਹੋਣਾ ਠੀਕ ਹੈ ਨਾ ਉਹਨਾਂ ਦੇ ਮੂੰਹ ਤੇ ਚਪੇੜ ਹੈ ਜਿਹੜਾ ਇਹ ਸ਼ੰਕਰ ਜਿੰਦਲ ਗਿਆ ਹੈ ਕਾਰਨ ਕੀ ਹੈ ਤਾਂ ਪਤਾ ਲੱਗਿਆ ਤੁਹਾਨੂੰ ਪਤਾ ਕਰ ਰਹੇਗੇ ਤੁਸੀਂ ਨਹੀਂ ਫਿਰ ਬਾਅਦ ਚ ਜਾ ਕੇ ਘਰਾਂ ਦੇ ਵਿੱਚ ਜਾ ਕੇ ਤੁਸੀਂ ਤਰਲੇ ਲੈਨੇ ਹੋ ਲੋਕਾਂ ਦੇ ਭਾਈ ਤੂੰ ਆ ਜਾ ਉਹ ਤੂੰ ਐ ਨਾ ਕਰੀ ਤੂੰ ਵਾਹ ਨਾ ਕਰੀ ਠੀਕ ਆ ਇਹ ਕਾਰਨ ਆਪਣੇ ਪਤਾ ਕਰੋ ਤੇ ਆਪਣੀਆਂ ਜਿਹੜੀਆਂ ਕੁਰੀਤੀਆਂ ਨੇ ਤੁਹਾਡੇ ਮਨ ਦੇ ਅੰਦਰ ਉਹਨਾਂ ਨੂੰ ਦੂਰ ਕਰੋ ਰਜਿੰਦਰ ਸਿੰਘ ਜੀ ਨੂੰ ਪਹਿਲਾਂ ਵੀ ਬੜੀ ਵਾਰੀ ਦੱਸਿਆ ਗਿਆ ਤੇ ਇਸ ਵਾਰੀ ਫੇਰ ਅਸੀਂ ਇਸ ਵੀਡੀਓ ਦੇ ਰਾਹੀਂ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਜਨਤਕ ਤਾਂ ਕਹਿੰਦੀ ਹੈ ਤੁਹਾਨੂੰ ਪਤਾ ਕਿ ਅਕਸਰ ਫੋਨ ਤੇ ਕਈਆਂ ਗੱਲਾਂ ਫੋਨ ਤੇ ਹੀ ਰਹਿ ਜਾਂਦੀਆਂ ਨੇ ਇਸ ਕਰਕੇ ਜਨਤਾ ਕੀਤੇ ਵੀ ਹੁਣ ਬਹੁਤ ਟਾਈਮ ਹੋ ਗਿਆ ਇਲੈਕਸ਼ਨ ਆ ਗਈ 2024 ਦੀ ਸਿਰ ਤੇ ਐ ਤੇ ਇਹਨਾਂ ਨੂੰ ਜ਼ਰੂਰ ਮੜਾ ਜਾ ਫੋਨ ਕਰਕੇ ਕਹੋ ਭਾਈ ਕੀ ਗੱਲ ਹੋ ਗਈ ਕੀ ਨਰਾਜ਼ਗੀ ਹੈ ਕਿਸੇ ਵਰਕਰ ਤੋਂ ਜਿਨ੍ਹਾਂ ਨੂੰ ਤੁਸੀਂ ਮੜਾ ਮੋਟਾ ਕੋਈ ਉਹਦਾ ਦੇ ਦੇਣਾ ਉਹਨਾਂ ਨੂੰ ਨਾਲ ਗੱਡੀ 'ਚ ਬਿਠਾ ਕੇ ਲੈ ਜਾ ਜਨੂੰ ਵੀ ਹਾਂ ਵੀ ਇਹ ਮੈਂ ਉਦੇਦਾਰ ਬਣਾਏ ਸੀ ਇਹ ਮੈਂ ਮੰਡਲ ਪ੍ਰਧਾਨ ਬਣਾਏ ਸੀ ਉਹਨਾਂ ਨੂੰ ਮੈਂ ਲੈ ਜਾ ਬਾਕੀ ਕੋਈ ਜਾਵੇ ਕੋਈ ਨਾ ਜਾਵੇ ਉਥੇ ਹੋਰ ਹਲਕਿਆਂ ਦੇ ਵਿੱਚੋਂ ਚਾਹੇ ਨਾਬਾ ਸੀ ਚਾਹੇ ਸਮਾਣਾ ਸੀ ਚਾਹੇ ਛਤਰਾਣਾ ਸੀ ਸਮਾਣੇ ਨੂੰ ਛੱਡ ਕੇ ਸਾਰੇ ਹਲਕਿਆਂ ਚੋਂ ਨਾ ਐਕਸ ਪ੍ਰਧਾਨ ਵੀ ਬੁਲਾਏ ਹੋਏ ਸੀ ਯੂਥ ਵਾਲੇ ਕੀ ਬੁਲਾਏ ਹੋਏ ਸੀ ਐਕਸ ਪ੍ਰਧਾਨ ਵੀ ਬੁਲਾਏ ਹੋਏ ਸੀ ਪਰ ਸਮਾਣੇ ਦੇ ਵਿੱਚੋਂ ਆਮ ਵਰਕਰਾਂ ਨੂੰ ਸੁਨੇਹਾ ਨਹੀਂ ਲੱਗਿਆ ਉਥੇ ਮੈਸੇਜ ਕੀ ਦਿੰਦੇ ਹੋ ਇੱਕ ਨਾ ਸਾਨੂੰ Hindu ਚਿਹਰਾ ਚਾਹੀਦਾ ਜੀ Hindu ਚਿਹਰਾ ਪਟਿਆਲੇ Hindu ਚਿਹਰਾ ਦੇ ਦਿਓ ਜੀ ਅਸੀਂ ਤਾਂ 2024 ਦੀਆਂ ਵੋਟਾਂ 'ਚ ਜਿੱਤ ਸਕਦੇ ਹਾਂ 2024 ਦੀਆਂ ਵੋਟਾਂ 'ਚ ਅਸੀਂ ਜਿੱਤ ਸਕਦੇ ਹਾਂ ਸਾਨੂੰ Hindu ਚਿਹਰਾ ਚਾਹੀਦਾ ਹੈ ਪਰ 2024 ਦੇ ਵਿੱਚ 2024 ਦੇ ਵਿੱਚ ਤੁਹਾਨੂੰ Hindu ਵਰਕਰਾਂ ਦੀ ਲੋੜ ਨਹੀਂ ਹੈ ਇੱਥੇ ਨਾ ਕੋਈ ਨਾਲੇ ਪੰਜਾਬ ਦੇ ਵਿੱਚ ਕੋਈ Hindu ਸਿੱਖ ਵਾਲਾ ਮਸਲਾ ਹੈ ਨਹੀਂ ਇਹਨੂੰ ਗੱਲ ਨੂੰ ਆਪਣੀ ਨੂੰ ਦੱਬ ਕੇ ਹੀ ਰੱਖੋ ਠੀਕ ਹੈ ਆਪਣੇ ਤੱਕ ਹੀ ਰੱਖੋ ਕੋਈ Hindu ਸਿੱਖ ਦਾ ਕੋਈ ਮਸਲਾ ਨਹੀਂ ਹੈ ਕਿਸੇ ਵੀ ਤਰ੍ਹਾਂ ਦਾ ਜੇ ਤੁਹਾਨੂੰ ਲੱਗਦਾ ਹੋਵੇ ਠੀਕ ਹੈ ਇਹ ਤੁਸੀਂ ਬਣਾ ਰਹੇ ਹੋ ਕੋਈ ਗੱਲ ਨਹੀਂ ਤੁਹਾਨੂੰ Hindu ਚਿਹਰਾ ਦੇ ਦਿਓ ਜੀ ਤੁਹਾਨੂੰ ਫਲਾਣਾ ਚਿਹਰਾ ਦੇ ਦਿਓ ਜੀ ਠੀਕਾ ਜਿਹੜਾ ਵੀ ਪਾਰਟੀ ਦਊਗੀ ਉਹਦੇ ਨਾਲ ਦਿਲ ਜਾਨ ਨਾਲ ਕੰਮ ਕਰਾਂਗੇ ਲੇਕਿਨ ਹਿੰਦੂ ਵਰਕਰਾਂ ਨੂੰ ਲਵੇ ਲਾ ਕੇ ਰੱਖ ਲੋ ਜਿਹੜੇ ਸ਼ਹਿਰ ਦੇ ਵਰਕਰ ਐ ਨਾ ਚਾਹੇ ਉਹ ਹਿੰਦੂ ਆ ਚਾਹੇ ਸਿੱਖਾਂ ਨੂੰ ਲਵੇ ਲਾ ਲਓ ਤੁਸੀਂ ਤਾਂ ਨਾ ਕਿਸੇ ਸਿੱਖ ਨੂੰ ਮੈਸੇਜ ਕੀਤਾ ਨਾ ਤੁਸੀਂ ਕਿਸੇ ਹਿੰਦੂ ਨੂੰ ਮੈਸੇਜ ਕੀਤਾ ਠੀਕਾ ਨਾ WhatsApp ਤੇ ਮੈਸੇਜ ਕੀਤਾ ਨਾ ਕੋਲ ਕੀਤੀ ਜਿਹੜੇ ਉਹ ਦੋ ਮੰਡਲ ਪ੍ਰਧਾਨ ਬਣਾਏ ਆ ਉਹਨਾਂ ਨੂੰ ਤੁਸੀਂ ਲੈ ਕੇ ਨਾਲ ਆਪ ਚਲੇ ਗਏ ਨਾਲ ਬਾ ਥੋੜੀ ਹੋ ਗਈ ਮੀਟਿੰਗ ਕਿਉਂ ਨੰਬਰ ਬਣਾਉਣ ਵਾਲੇ ਕੰਮ ਦੇ ਵਿੱਚ ਜਿੱਥੇ ਵਰਕਰਾਂ ਨੇ ਗੈਟ ਟੂਗੇਦਰ ਹੋਣਾ ਲੀਡਰ ਦੇ ਨਾਲ ਲੀਡਰ ਨੂੰ ਮਿਲਣਾ ਆਪਣੇ ਬਾਰੇ ਦੱਸਣਾ ਆਪਣੇ ਹਲਕੇ ਬਾਰੇ ਦਾ ਉੱਥੇ ਨਹੀਂ ਤੁਸੀਂ ਕਦੇ ਲੈ ਕੇ ਜਾਂਦੇ ਹੁਣ 26 ਜਨਵਰੀ ਦਾ ਪ੍ਰੋਗਰਾਮ ਆਊਗਾ ਗਨਤੰਤਰ ਦਿਵਸ ਮਨਾਉਂਦੀ ਹੈ ਕਾਂਗਰਸ ਪਾਰਟੀ ਗਾਂਧੀ ਗਰਾਊਂਡ ਦੇ ਵਿੱਚ ਉੱਥੇ ਤੁਸੀਂ ਮਨਾ ਲੋਗੇ ਉੱਥੇ ਵਰਕਰਾਂ ਨੂੰ ਦੇਖੋ ਹੁਣ ਆ ਜਿਓ ਜਿੱਥੇ ਨਾਲ ਆਇਓ ਜੀ ਫਲਾਣਾ ਨਾਲ ਆਇਓ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਕੁਝ ਨਹੀਂ ਠੀਕ ਹੈ ਧੰਨਵਾਦ ਜੀ ਮੇਰੀ ਇਹ ਸਾਰੇ ਵਰਕਰਾਂ ਨੂੰ ਇਕੱਲੇ ਇਕੱਲੇ ਨੂੰ ਫੋਨ ਕਰਦਾ ਇਸ ਕਰਕੇ ਵੀਡੀਓ ਪਾਈ ਗਈ ਹੈ ਤਾਂ ਕਿ ਵਰਕਰਾਂ ਨੂੰ ਦੱਸਿਆ ਜਾਵੇ ਵੀ ਅੱਜ ਮੀਟਿੰਗ ਸੀਗੀ ਰਾਜਾ ਬੜਿੰਗ ਜੀ ਦੇ ਦਿਸ਼ਾ ਨਿਰਦੇਸ਼ ਤੇ ਮੀਟਿੰਗ ਹੋਈ ਸੀਗੀ ਪਟਿਆਲੇ ਵਿਖੇ ਹੋਈ ਸੀ ਲੋਕ ਸਭਾ ਪਟਿਆਲਾ ਦੀ ਮੀਟਿੰਗ ਸੀਗੀ ਉਹਦੇ ਵਿੱਚ ਕਿਸੇ ਵੀ ਵਰਕਰ ਨੂੰ ਸਮਾਣੇ ਦੇ ਨੂੰ ਮੈਸੇਜ ਨਹੀਂ ਲੱਗਿਆ ਹੈਗਾ ਸਿਰਫ ਜਿਹੜੇ ਆ ਪੰਜ ਸੱਤ ਐਮ ਸੀ ਆ ਉਹਨਾਂ ਤੋਂ ਬਿਨਾਂ ਠੀਕ ਗਏ ਵੀ ਐਨੇ ਕਿ 10 ਬੰਦੇ ਗਏ ਉਹਨੇ ਠੀਕ ਹੈ ਤਾਂ ਰਜਿੰਦਰ ਸਿੰਘ ਜੀ ਨੂੰ ਬੇਨਤੀ ਵੀ ਤੁਸੀਂ ਆਪ ਆਪਣੇ ਆਪ ਔਰ ਆਪਣੇ ਪੀਏ ਵੱਲੋਂ ਮੈਸੇਜ ਲਵਾ ਦਿਆ ਕਰੋ ਇਹਨਾਂ ਨੇ ਕਿਸੇ ਨੂੰ ਮੈਸੇਜ ਲਾਣਾ ਇਹਨਾਂ ਦੇ ਭਾਣੇ ਸਾਰੇ ਵਰਕਰ ਪਾਰਟੀ ਛੱਡ ਕੇ ਦਾ ਛੱਡੋ ਮਰ ਜਾਣ ਇਹਨਾਂ ਨੂੰ ਤਾਂ ਕੋਈ ਅਤਰਾਜ ਨਹੀਂ ਹੈਗਾ ਇਸ ਗੱਲ ਦਾ ਵੀ ਅਸੀਂ ਇਹਨਾਂ ਮੈਂ ਪਾਰਟੀ ਨੂੰ ਇੱਕ ਜੁਟ ਕਰਕੇ ਰੱਖੀਏ ਪਾਰਟੀ ਦੇ ਮੈਂਬਰਾਂ ਨੂੰ ਇੱਕ ਜੁਟ ਕਰਕੇ ਰੱਖੀਏ ਉਹਨਾਂ ਨੂੰ ਕੋਈ ਪ੍ਰਵਾਹ ਨਹੀਂ ਇਸ ਗੱਲ ਦੀ ਨਾ ਇਹਨਾਂ ਨੂੰ ਪਹਿਲਾਂ ਸੀ ਤੇ ਨਾ ਇਹਨਾਂ ਨੂੰ ਹੋਣਾ ਤੇ ਇਸ ਕਰਕੇ ਮੇਰੀ ਬੇਨਤੀ ਆ ਅਗਰ ਕਾਂਗਰਸ ਦਾ ਭੜਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਮੈਸੇਜ ਆਪ ਗਨਵੇ ਕਰ ਦਿਆ ਕਰੋ ਚਾਹੇ ਵਰਕਰ ਬੱਸ ਚੜ ਕੇ ਆਵੇ ਚਾਹੇ ਮੋਟਰਸਾਈਕਲ ਤੇ ਆਵੇ ਚਾਹੇ ਕਿਸੇ ਦੇ ਨਾਲ ਚੜ ਕੇ ਆਵੇ ਉਹ ਵਰਕਰ ਪਹੁੰਚ ਜੂਗਾ ਜਦ ਰੈਲੀਆਂ ਹੁੰਦੀਆਂ ਨੇ ਉਦੋਂ ਕਿਵੇਂ ਲੈ ਜੰਨੇ ਹੋ ਯਾਤਰਾ ਚ ਕਿਵੇਂ ਲੈ ਗਏ ਸੀ ਬਸਾਂ ਬਰ ਬਰ ਕੇ ਧਰਨੇਾਂ ਜੀ ਕਿਵੇਂ ਲੈ ਗਏ ਸੀ ਉਹ ਜੇਲ੍ਹ ਦੇ ਬਾਹਰ ਕਿਵੇਂ ਲੈ ਗਏ ਸੀ ਉਦੋਂ ਨਹੀਂ ਤੁਹਾਨੂੰ ਦਿਖਿਆ ਉਦੋਂ ਤੁਹਾਨੂੰ ਦਿਖਦੇ ਨਹੀਂ ਹੈ ਬੱਸਾਂ ਲਈ ਕਿਵੇਂ ਵਰਕਰ ਲੈ ਗਏ ਉਦੋਂ ਤੁਸੀਂ ਕਹਨੇ ਹੋ ਵੀ ਹਾਂ ਜੀ ਵਰਕਰ ਸਾਡੀ ਰੀੜ ਦੀ ਹੱਡੀ ਹੈ ਹੁਣ ਰੀੜ ਦੀ ਹੱਡੀ ਜਿਹੜਾ ਦਰਦ ਹੋ ਰਿਹਾ ਕਿਸੇ ਨੂੰ ਸੁਣ ਨਹੀਂ ਰਿਹਾ ਹੈ ਵੀ ਰੀੜ ਦੀ ਹੱਡੀ ਦੀ ਦਰਦ ਆ ਮੇਰੀ ਕਾਂਗਰਸ ਵਰਕਰਾਂ ਨੂੰ ਵੀ ਇਹੀ ਬੇਨਤੀ ਆ ਆਪਣੇ ਲੀਡਰਾਂ ਨੂੰ ਆਪਣੇ ਅਹੁਦੇਦਾਰਾਂ ਨੂੰ ਜਿਹੜੇ ਆਪਣੇ ਤੋਂ ਸੀਨੀਅਰ ਹੈ ਚਾਹੇ ਉਹ ਵਾਰਡ ਦਾ ਐਮਸੀ ਆ ਚਾਹੇ ਉਹ ਪ੍ਰਧਾਨ ਆ ਐਮਸੀਆਂ ਦਾ ਚਾਹੇ ਉਹ ਆਪਣੇ ਹਰਕਾ ਚਾਰਜ ਆ ਉਹਨਾਂ ਨੂੰ ਕਹਿ ਦਿਆ ਕਰੋ ਠੀਕ ਆ ਕਿਸੇ ਨੇ ਨਹੀਂ ਕਿਸੇ ਨੇ ਪੁੱਛਣਾ ਨਹੀਂ ਘਰੇ ਬੈਠੇ ਹੋ ਘਰੇ ਬੈਠੇ ਰਹੋਗੇ ਕਦਾ ਜਦੋਂ ਹਸਪਤਾਲ 'ਚ ਦਾਖਲ ਹੋਊਗਾ ਕੋਈ ਜਾਂ ਮਰ ਜੂਗਾ ਤੇ ਚਾਦਰ ਪਾਣ ਆ ਜਾਣਗੇ ਹਸਪਤਾਲ ਦੇ ਵਿੱਚ ਦਾਖਲ ਹੋਊਗਾ ਦਾ ਪਤਾ ਲੈਣ ਆ ਜਾਣਗੇ ਪਹਿਲਾਂ ਜਿਉਂਦੇ ਜੀ ਕਿਸੇ ਨੂੰ ਨਹੀਂ ਪੁੱਛਣਾ ਭਾਈ ਤੂੰ ਕੀ ਹੈ ਕੀ ਨਹੀਂ ਜਿਉਂਦੇ ਜੀ ਕੋਈ ਨਹੀਂ ਕਿਸੇ ਨੂੰ ਪੁੱਛਦਾ ਇਸ ਕਰਕੇ ਆਪਣੀ ਹੋਂਦ ਆਪਣੀ ਜ਼ਿੰਮੇਵਾਰ ਬੰਦਾ ਆਪ ਹੁੰਦਾ ਵਰਕਰੋ ਤੁਸੀਂ ਵੀ ਆਪਣੀ ਲੜਾਈ ਲੜਨ ਦੇ ਲਈ ਤਿਆਰ ਰਿਹਾ ਕਰੋ ਇਹ ਨਹੀਂ ਹੈਗਾ ਵੀ ਵੋਟਾਂ ਆ ਗਈਆਂ ਆ ਰਹੇ ਹੋ ਦਫ਼ਤਰ 'ਚ ਵੋਟਾਂ ਦੇ ਵੇਲੇ ਤੁਹਾਡੇ ਪਿੰਡਾਂ 'ਚ ਕੁਝ ਨਹੀਂ ਹੈਗਾ ਵੋਟਾਂ ਦੇ ਵੇਲੇ ਹੀ ਨਹੀਂ ਵੋਟਾਂ ਤੋਂ ਬਿਨਾਂ ਵੀ ਪਾਰਟੀ ਦੇ ਵਿੱਚ ਬਹੁਤ ਕੰਮ ਹੁੰਦੇ ਆ ਵਰਕਰ ਕੱਲਾ ਧੱਕੇਖਾਨੂ ਨਹੀਂ ਹੈਗਾ ਵੀ ਵਰਕਰ ਧੱਕੇਖਾਨੂ ਰੱਖਿਆ ਰੈਲੀਆਂ ਜੇ ਸਰਕਾਰ ਆ ਗਈ ਰੈਲੀਆਂ ਦੇ ਵਿੱਚ ਧੱਕੇ ਖਾਓ ਜੀ ਠੀਕ ਆ ਦਫਤਰਾਂ ਦੇ ਵਿੱਚ ਧੱਕੇ ਖਾਓ ਜੀ ਜਦੋਂ ਸਰਕਾਰ ਨਹੀਂ ਹੈਗੀ ਉਦੋਂ ਧੱਕੇ ਖਾਓ ਜੀ ਧਰਨੇ ਆਜ ਜਾਓ ਜੀ ਉਦੋਂ ਰੈਲੀਆਂ ਚ ਜਾਓ ਵੀ ਧੱਕੇ ਵਰਕਰ ਦਾ ਧੱਕੇਖਾਨ ਜੋਗਾ ਰਹਿ ਗਿਆ ਲੀਡਰਾਂ ਨਾਲ ਮਿਲਣਗੇ ਪ੍ਰਧਾਨ ਧੰਨਵਾਦ